ਹੁਣ ਇੱਥੇ ਲਾ ਦਈਏ ਫਿਰ ਹੁਣ ਥੱਲੇ ਦੇ ਕਿੰਨਾ ਇੱਥੇ ਗੱਡੀ ਵੀ ਪਾਰਕਿੰਗ ਕਰਨੀ ਪੈਂਦੀ ਐ ਕਰਨੀ ਪੈਂਦੀ ਆ ਔਖਾ ਜਿਹਾ ਕੰਮ ਹੈ ਖਰ ਉਹ ਖੜ ਜਾ ਮੈਨੂੰ ਹੈਂਡਲ ਬ੍ਰੇਕ ਖਿੱਚ ਲੈਂਦੇ ਤੇ ਅੱਗੇ ਹੀ ਮੈਨੂੰ ਲਾਉਣਾ ਲਾਉਣੀ ਪੁੱਕੇ ਤੇ ਰੁੜ ਕੇ ਨਾ ਜਾਵੜੇ ਅੱਗੇ ਹੋਏ ਹੈਂ ਹੁਣ ਬੈਕ ਕਰ ਲਾ ਮਾੜੀ ਜੀ ਸਿੱਧੀ ਤਾਂ ਲਾ ਦੇ ਸਿੱਧੀ ਆ ਭਰਾਵਾ ਦੇਖੀ ਜਾਓ ਹੁਣ ਲਾਗੇ ਖੜ ਗਈ ਉਹ ਦੇਖੀ ਜਾਊ ਫਿਰ ਇੰਨੀ ਕਢਾਈ ਜੀ ਖੜੀ ਗੱਡੀ ਬਾਹਲੀ ਨਹੀਂ ਕੋਈ ਦਿੱਕਤ ਇੰਨੀ ਕਾ ਉਹ ਦੇਖ ਥੱਲੇ ਦੇਖ ਉਹ ਕਿ ਜਮਾ ਡੂੰਘਾ ਹੀ ਕੰਮ ਚੱਲ ਹੁਣ ਖੜਾਉਣੀ ਪੈਣੀ ਕਿਤੇ ਪਾਰਕਿੰਗ ਨਹੀਂ ਮਿਲਦੀ ਪਾਰਕਿੰਗ ਵਾਲਾ ਇੱਥੇ ਬਾਈ ਬਹੁਤ ਵੱਡੀ ਦਿੱਕਤ ਰਹਿੰਦੀ ਕੁਈਨ ਸਟਰੀਟ ਤੇ ਕਿਉਂਕਿ ਇੱਥੇ ਵਨ ਵੇ ਹੀ ਆ ਗੱਡੀ ਇੱਕ ਪਾਸੇ ਦੀ ਬਸ ਜਾਂਦੀ ਹੈ ਤੇ ਉਸੇ ਪਾਸੇ ਦੀ ਬਸ ਰਾਹ ਦੇ ਵਿੱਚ ਦੀ ਨਿਕਲਦੀ ਆ ਹੋਰ ਔਖਾ ਕੰਮ ਹੈ ਤੁਹਾਨੂੰ ਗਾਹਾਂ ਦਿਖਾਉਣੇ ਆ ਜਾ ਆਜਾ ਗਾਹਾਂ ਵੀ ਦਿਖਾ ਜਿੱਧਰ ਨੂੰ ਆਪਾਂ ਜਾਣਾ ਇੱਧਰ ਨੂੰ ਆਜਾ ਇੱਧਰ ਗਾਹਾਂ ਦੇਖੋਗੇ ਤੁਸੀਂ ਹੋਰ ਤਕੜਾ ਕੰਮ ਆ ਇੱਥੇ ਕਿਉਂਕਿ ਪਾਰਕਿੰਗ ਵਾਲਾ ਕੰਮ ਇੱਥੇ ਐਵੇਂ ਹੀ ਆ ਇਹਨੂੰ ਤਾਂ ਕੁਈਨ ਸਟਰੀਟ ਕਹਿੰਦੇ ਜਿਹੜੀ ਆਹ ਮੇਨ ਕਿਉਂਕਿ ਬਈ ਇੱਥੇ ਗੱਡੀਆਂ ਆਹੀ ਲਾਉਣੀਆਂ ਪੈਂਦੀਆਂ ਹੁਣ ਤੁਸੀਂ ਆਹ ਦੇਖੋ ਜਿਹੜੀਆਂ ਗੱਡੀਆਂ ਖੜੀਆਂ ਹੋਈਆਂ ਨਾ ਇੱਧਰ ਥੱਲੇ ਨੂੰ ਜਾਂਦੇ ਹਾਂ ਆਪਾਂ ਥੱਲੇ ਨੂੰ ਜਾਂਦੇ ਤਾਂ ਹੋਰ ਪਤਾ ਲੱਗਦਾ ਵੀ ਕੀ ਹਿਸਾਬ ਕਿਤਾਬ ਬਣਿਆ ਆਹ ਦੇਖੋ ਹੁਣ At the stop sign, turn left onto Queen Street, then the destination is on your right. ਚਲੋ ਮਿੱਤਰੋ ਦੇਖਣ ਵਾਸਤੇ ਹੋਰ ਵੀਡੀਓ ਆਪਣੇ ਪੇਜ ਨੂੰ ਕਰ ਲਏ ਫੋਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ।